ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵਰਧਨ ਸਾਮਰਾਜ ਬਾਰੇ। ਤਾਂ ਸ਼ੁਰੂ ਕਰ ਦਿਆਂਗੇ। ਉੱਤਰ ਵਿੱਚ ਉੱਤਰੀ ਭਾਰਤ ਵਿੱਚ ਰਾਜਨੀਤਿਕ ਤਬਦੀਲੀਆਂ ਹੋਣਾ ਦਾ ਰਾਜ, ਯਸ਼ੋ ਧਰਮਾਨ ਦਾ ਰਾਜ, ਪਛੜੇਰੇ ਗੁਪਤ ਹਾਕਮਾਂ ਦਾ ਮਗਧ ਰਾਜ, ਮੈਤ੍ਰਕ ਦਾ ਪੱਲਵੀ ਰਾਜ। ਆ ਦੇਖ ਸਕਦੇ ਹਾਂ ਭਾਈ ਨਕਸ਼ ਵਿੱਚ, ਗੁਰਜਰਾਂ ਦਾ ਰਾਜਪੂਤਨਾ ਵਿਖੇ ਰਾਜ, ਮੋਖਰੀਆਂ ਦਾ ਕਨੌਜ ਵਿੱਚ ਰਾਜ, ਬੰਗਾਲ ਦੇ ਬੰਗ ਅਤੇ ਗੌੜ ਰਾਜ, ਕਾਮਰੂਪ, ਵਰਧਨਾਂ ਦਾ ਥਣੇਸ਼ਵਰ ਰਾਜ, ਇਸ ਕਾਲ ਦੇ ਮੁੱਖ ਸੋਮੇ, ਯੂਨ ਸਾਂਗ ਦਾ ਬਿਰਤਾਂਤ, ਆਰੀਆਭੱਟ ਦੀਆਂ ਰਚਨਾਵਾਂ, ਇਸ ਕਾਲ ਦੇ ਮੁੱਖ ਸੋਮੇ, ਹਰਸ ਦੀਆਂ ਆਪਣੀਆਂ ਰਚਨਾਵਾਂ, ਹਰਚਰਿਤ। ਕੰਦਾਬਰੀ ਸ਼ਿਲਾਲੇਖਾਂ ਅਤੇ ਤਮਾਰ ਲੇਖ, ਇਸ ਕਾਲ ਦੇ ਮੁੱਖ ਮੰਦਰ, ਤਾਮਿਲ ਸੰਤਾਂ ਦੀਆਂ ਰਚਨਾਵਾਂ, ਹਰਸ਼ਵਰਧਨ ਅਧੀਨ ਸਾਮਰਾਜ। ਆ ਦੇਖ ਸਕਦੇ ਜੀ, ਹਰਸ਼ਵਰਧਨ ਸਮੇਂ ਨਾਰਾਜ਼ ਸੀ। ਹਰਸ਼ਵਰਧਨ ਅਧੀਨ ਵਰਧਨ ਸਾਮਰਾਜ ਦੀ ਸਥਾਪਨਾ, ਕਨੌਜ ਦੇ ਰਾਜ ਨੂੰ ਥਣੇਸ਼ਵਰ ਰਾਜ ਵਿੱਚ ਮਿਲਾਉਣਾ, ਹਰਸ਼ਵਰਧਨ ਅਧੀਨ ਵਰਧਨ ਸਾਮਰਾਜ ਦੀ ਸਥਾਪਨਾ, ਪੱਛਮੀ ਬੰਗਾਲ ਦੇ ਰਾਜਾ ਸ਼ਸ਼ਾਕ ਨਾਲ ਯੁੱਧ, ਪੰਜ ਪ੍ਰਦੇਸ਼ਾਂ ਦੀ ਜਿੱਤ, ਵਰਧਨ ਹਰਸ਼ ਵਰਧਨ ਅਧੀਨ ਵਰਧਨ ਸਾਮਰਾਜ ਦੀ ਸਥਾਪਨਾ, ਬੱਲਵੀ ਜਾਂ ਸੌਰਾਸ਼ਟਰ ਦੀ ਜਿੱਤ, ਪੁਲਕੇਸ਼ਨ ਦੂਜੇ ਨਾਲ ਯੁੱਧ, ਹਰਸ਼ ਵਰਧਨ ਅਧੀਨ ਵਰਧਨ ਸਾਮਰਾਜ ਕਾਮਰੂਪ ਦੇ ਸ਼ਾਸਕ ਦੀ ਅਧੀਨਤਾ, ਸਿੰਧ ਦੀ ਜਿੱਤ, ਹਰਸ਼ਵਰਧਨ ਅਧੀਨ ਵਰਧਨ ਸਾਮਰਾਜ ਦੀ ਸਥਾਪਨਾ, ਨੇਪਾਲ ਅਤੇ ਕਸ਼ਮੀਰ ਦੀਆਂ ਅਖੌਤੀ ਜਿੱਤ, ਗੰਜਮ ਦੀ ਜਿੱਤ, ਵਿਦੇਸ਼ਾਂ ਨਾਲ ਸੰਬੰਧ, ਹਰਸ਼ ਦੇ ਸਾਮਰਾਜ ਦਾ ਵਿਸਥਾਰ,
ਹਰਸ਼ਵਰਧਨ ਦਾ ਰਾਜ ਪ੍ਰਬੰਧ, ਕੇਂਦਰੀ ਸਰਕਾਰ, ਰਾਜਾ ਅਤੇ ਮੰਤਰੀ ਪ੍ਰੀਸ਼ਦ, ਪ੍ਰਾਂਤ ਅਤੇ ਸਥਾਨਕ ਰਾਜ ਪ੍ਰਬੰਧ। ਹਰਸ਼ਵਰਧਨ ਦਾ ਰਾਜ ਪ੍ਰਬੰਧ ਮਹਾਂ ਸ਼ਾਮਤ ਅਤੇ ਸਾਮਤ, ਆਮਦਨ ਅਤੇ ਆਮਦਨ ਖਰਚ। ਹਰਸ਼ਵਰਧਨ ਦਾ ਰਾਜ ਪ੍ਰਬੰਧ ਦੰਡ, ਅਭਿਲੇਖ ਵਿਭਾਗ, ਸੁਰੱਖਿਅਤ ਸੜਕਾਂ। ਹਰਸ਼ਵਰਧਨ ਦਾ ਰਾਜ ਪ੍ਰਬੰਧ ਲਗਾਨ ਮੁਕਤ, ਜ਼ਮੀਨ ਦੀ ਵਿਵਸਥਾ, ਸੈਨਿਕ ਪ੍ਰਬੰਧ। ਦੱਖਣ ਦੇ ਰਾਜ ਪ੍ਰਤਾਪੀ ਜਾਂ ਬਦਾਮੀ ਦੇ ਚਾਲੁਕਿਆਂ, ਪੁਲਕੇਸ਼ਨ ਪਹਿਲਾ, ਕੀਰਤੀ ਵਰਮਨ ਪਹਿਲਾ, ਪੁਲਕੇਸ਼ਨ ਦੂਜਾ, ਪੁਲਕੇਸ਼ਨ ਦੂਜੇ ਦੇ ਉੱਤਰ ਅਧਿਕਾਰੀ, ਕਾਂਚੀ ਦੇ ਪੱਲਵ ਸਿੰਘ ਵਿਸ਼ਨੂੰ, ਮਹਿੰਦਰ ਵਰਮਨ ਪਹਿਲਾ, ਨਰਸਿੰਘ ਵਰਮਨ ਪਹਿਲਾ, ਪੱਲਵ ਰਾਜ ਦਾ ਅੰਤ। ਮੁਦਰਾ ਦੇ ਪਾਂਡਿਆ, ਛੋਟੇ ਰਾਜ। ਇਸ ਕਾਲ ਦੀਆਂ ਸੰਸਕ੍ਰਿਤਕ ਪ੍ਰਾਪਤੀਆਂ, ਭਵਨ ਉਸਾਰੀ, ਕਲਾ ਮੰਦਿਰ, ਚਿੱਤਰਕਲਾ। ਇਸ ਕਾਲ ਦੀਆਂ ਸੰਸਕ੍ਰਿਤਕ ਪ੍ਰਾਪਤੀਆਂ, ਕਲਾ, ਸਾਹਿਤ ਅਤੇ ਨਾਚ ਕਲਾ। ਦੇਖ ਸਕਦੇ ਆਪਾਂ ਸਿੱਖਿਆ ਦੇ ਕੇਂਦਰ ਮੰਦਿਰ ਅਤੇ ਮੱਠ, ਨਲੰਦਾ ਵਿਸ਼ਵ ਵਿਦਿਆਲਾ। ਆਹ ਦੇਖ ਸਕਦੇ ਹਾਂ ਆਪਾਂ ਉਸ ਸਮੇਂ ਦੀ ਯੂਨੀਵਰਸਿਟੀ ਨਲੰਦਾ। ਸਾਹਿਤ, ਹਰਸ਼ ਦੀਆਂ ਰਚਨਾਵਾਂ, ਹਰਸ਼ ਦੇ ਦਰਬਾਰੀ, ਦਰਬਾਰ ਦੇ ਵਿਦਵਾਨ, ਦੱਖਣ ਭਾਰਤ ਦੀਆਂ ਸਾਹਿਤਕ ਹਸਤੀਆਂ, ਪ੍ਰਦੇਸ਼ਕ ਸਾਹਿਤ। ਧਾਰਮਿਕ ਵਿਕਾਸ, ਬੁੱਧ ਧਰਮ ਵਿਕਾਸ, ਧਾਰਮਿਕ ਵਿਕਾਸ ਜੈਨ ਧਰਮ, ਧਾਰਮਿਕ ਵਿਕਾਸ ਬ੍ਰਾਹਮਣਾ ਧਰਮ ਜਾਂ ਹਿੰਦੂ ਧਰਮ, ਨਾਇਆਨਾਰ ਅਤੇ ਅਲਵਰ। ਇਸ ਕਾਲ ਦੀ ਦੇਣ, ਉੱਤਰ ਵਿੱਚ ਰਾਜਨੀਤਿਕ ਏਕਤਾ, ਪਰਜਾ ਹਿੱਤਕਾਰੀ ਸ਼ਾਸਨ ਪ੍ਰਬੰਧ, ਕਨੌਜ ਦਾ ਮਹੱਤਵ, ਦੱਖਣ ਵਿੱਚ ਨਵੇਂ ਰਾਜਾਂ ਦਾ ਉਥਾਨ, ਸੰਸਕ੍ਰਿਤ ਸਾਹਿਤ ਦਾ ਵਿਕਾਸ, ਪ੍ਰਦੇਸ਼ਕ ਸਾਹਿਤ ਦਾ ਵਿਕਾਸ, ਨਲੰਦਾ ਵਿਸ਼ਵ ਵਿਦਿਆਲਾ, ਮੰਦਰ, ਚਿੱਤਰਕਾਰੀ, ਸੰਗੀਤ ਅਤੇ ਨਾਚ ਕਲਾ, ਬੁੱਧ ਧਰਮ ਦਾ ਵਿਕਾਸ, ਨਯਾਨਾਰ ਅਤੇ ਅਲਵਰ। ਧੰਨਵਾਦ ਜੀ। ਇਹ ਸੀ ਆਪਣੀ ਮਹੱਤਵਪੂਰਨ ਵੀਡੀਓ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ।
ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਬੈੱਲ ਆਈਕਾਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਧੰਨਵਾਦ।